ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਦੇ ਵਿੱਚ ਅਸੀਂ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਦਾ ਗਾਇਆ ਹੋਇਆ ਸ਼ਬਦ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪੇਖੋ ਨੈਣ, ਇਹ ਆਪਾਂ ਹਾਰਮੋਨੀਅਮ 'ਤੇ ਸਿੱਖਾਂਗੇ। ਅਤੇ ਇਹ ਭੱਟ ਮਥੁਰਾ ਜੀ ਦਾ ਉਚਾਰਨ ਕੀਤਾ ਹੋਇਆ ਸਵਈਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 1408 'ਤੇ ਸੁਸ਼ੋਭਿਤ ਹੈ। ਸੋ ਆਪਾਂ ਸਿੱਖਾਂਗੇ ਇਹ ਜੋ ਸਵਈਆ ਹੈ, ਭੱਟ ਮਥੁਰਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੀ ਉਸਤਤ ਦੇ ਵਿੱਚ ਲਿਖਿਆ ਹੋਇਆ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ, ਪਹਿਲਾਂ ਮੈਂ ਵੀਰਾਂ ਦੇ ਸਕੇਲ ਤੋਂ, ਬਾਅਦ ਵਿੱਚ ਫਿਰ ਭੈਣਾਂ ਦੇ ਸਕੇਲ ਤੋਂ ਆਪ ਜੀ ਨੂੰ ਇਹ ਵਜਾ ਕੇ ਦੱਸਾਂਗਾ। ਸੋ ਆਪਾਂ ਸ਼ੁਰੂ ਕਰਦੇ ਹਾਂ। ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਅਗਲੀਆਂ ਵੀਡੀਓ ਨਿਰੰਤਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਆਓ ਆਪਾਂ ਸ਼ੁਰੂ ਕਰਦੇ ਹਾਂ। ਗੋਰੇ ਅਰਜਨ ਪੇਖੋ ਨੈਣ, ਗੋਰੇ ਅਰਜਨ ਪੇਖੋ ਨੈਣ, ਗੋਰੇ ਅਰਜਨ ਪੇਖੋ ਨੈਣ, ਗੋਰੇ ਅਰਜਨ ਪੇਖੋ ਨੈਣ। ਇਹਦੀ ਦੂਸਰੀ ਲਾਈਨ ਹੈ, ਮੂਰਤ ਪੰਚ ਪਰਮਾਣ ਪੁਰਖ। ਇਹਦੇ ਵਿੱਚ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਕਿ ਜਦੋਂ ਇਸ ਲਾਈਨ ਦਾ ਮੁਕਾ ਕਰਨਾ, ਤਾਂ ਜੋ ਮੂਰਤ ਪੰਚ ਪਰਮਾਣ ਪੁਰਖ, ਜੋ ਪੁਰਖ ਹੈ, ਪੁਰਖ ਲਫਜ਼ ਹੈ, ਇਹਨੂੰ ਜਲਦੀ ਵਿੱਚ ਲੈਣਾ ਜਦੋਂ ਮੁਕਾ ਕਰਨਾ ਹੈ। ਦੇਖੋ ਧਿਆਨ ਦੇ ਨਾਲ, ਮੂਰਤ ਪੰਚ ਪਰਮਾਣ ਪੁਰਖ, ਇਹ ਪਹਿਲੀ ਲਾਈਨ ਹੈ। ਜਦੋਂ ਮੁਕਾ ਕਰਨਾ, ਉਹ ਫਿਰ ਇਸ ਢੰਗ ਦੇ ਨਾਲ ਕਰਨਾ, ਮੂਰਤ ਪੰਚ ਪਰਮਾਣ ਪੁਰਖ, ਜੋ ਪੁਰਖ ਆ ਫਿਰ ਇਹਨਾਂ ਦੋ ਸੁਰਾਂ ਤੇ ਰਹਿਣਾ, ਪੁਰਖ ਮੂਰਤ ਪੰਚ ਪਰਮਾਣ ਪੁਰਖ, ਮੂਰਤ ਪੰਚ ਪਰਮਾਣ ਪੁਰਖ, ਗੋਰੇ ਅਰਜਨ ਪੇਖੋ ਨੈਣ, ਗੋਰੇ ਅਰਜਨ ਪੇਖੋ ਨੈਣ। ਸੋ ਇਹ ਸਥਾਈ ਸੀ। ਹੁਣ ਆਪਾਂ ਅੰਤਰੇ ਵਾਲੀਆਂ ਲਾਈਨਾਂ ਦੇਖਦੇ ਹਾਂ। ਅੰਤਰਾ ਪਾ ਤੋਂ ਸ਼ੁਰੂ ਹੋਵੇਗਾ, ਜੋ ਤਰੂਪ ਹਰਿਆ ਗੁਰੇ ਨਾਨਕ ਕਹਾਇਓ, ਜੋ ਤਰੂਪ ਹਰਿਆ ਗੁਰੇ ਨਾਨਕ ਕਹਾਇਓ। ਇਸ ਤੋਂ ਬਾਅਦ ਫਿਰ ਉਹੀ ਪਹਿਲੀ ਵਾਰੀ ਲਾਈਨ ਆ ਜਾਏਗੀ, ਮੂਰਤ ਪੰਚ ਪਰਮਾਣ ਪੁਰਖ, ਮੂਰਤ ਪੰਚ ਪਰਮਾਣ ਪੁਰਖ, ਗੋਰੇ ਅਰਜਨ ਪੇਖੋ ਨੈਣ, ਗੋਰੇ ਅਰਜਨ ਪੇਖੋ ਨੈਣ। ਸੋ ਇਹ ਸੀ ਵੀਰਾਂ ਦੇ ਸਕੇਲ ਤੋਂ। ਬਾਕੀ ਦੇ ਜੋ ਅੰਤਰ ਆ, ਉਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇਹਨਾਂ ਸੁਰਾਂ ਦੇ ਉੱਪਰ ਲੱਗਣਗੇ। ਫਿਰ ਵੀ ਜੇ ਕਿਸੇ ਨੂੰ ਸ਼ਬਦ ਦੀ ਵੀ ਜ਼ਰੂਰਤ ਹੈ, ਜੋ ਭਾਈ ਸਾਹਿਬ ਨੇ ਗਾਇਆ ਹੋਇਆ ਹੈ, ਭਾਈ ਨਿਰੰਜਨ ਸਿੰਘ ਜੀ ਨੇ, ਉਹ ਮੈਨੂੰ ਆਪ ਜੀ ਵਟਸਐਪ 'ਤੇ ਮੈਸੇਜ ਭੇਜ ਕੇ ਮੰਗਵਾ ਸਕਦੇ ਹੋ, ਤਾਂ ਜੋ ਤੁਹਾਨੂੰ ਹੋਰ ਕਲੀਅਰ ਢੰਗ ਦੇ ਨਾਲ ਪਤਾ ਲੱਗ ਜਾਵੇ। ਅਤੇ ਹੁਣ ਭੈਣਾਂ ਦੇ ਸਕੇਲ ਤੋਂ ਮੈਂ ਆਪ ਜੀ ਨੂੰ ਵਜਾ ਕੇ ਦੱਸਾਂਗਾ। ਭੈਣਾਂ ਦਾ ਸਕੇਲ ਹੈ ਜੋ ਉਹ ਪੰਜਵਾਂ ਕਾਲਾ ਆ, ਇਹਦੇ ਵਿੱਚ ਤਾਲ ਦਾਦਰਾ ਵੱਜੇਗਾ। ਸੋ ਆਪ ਜੀ ਦਾਦਰਾ ਤਾਲ ਜੋ ਛੇ ਮਾਤਰਾ ਦਾ ਹੈ, ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਸ਼ਬਦ ਵਜਾਉਣਾ ਆ। ਅਤੇ ਆਪਾਂ ਭੈਣਾਂ ਦੇ ਸਕੇਲ ਤੋਂ ਦੇਖਦੇ ਹਾਂ, ਦੁਬਾਰਾ ਫਿਰ ਦੇਖੋ, ਗੋਰੇ ਅਰਜਨ ਪੇਖੋ ਨੈਣ, ਗੋਰੇ ਅਰਜਨ ਪੇਖੋ ਨੈਣ।
ਇਹਦੇ ਵਿੱਚ ਵੀ ਖਿਆਲ ਰੱਖਣਾ ਜੋ ਪੁਰਖ ਹੈ ਉਹ ਲੈਣ ਦੇ ਮੁਕਾਬਲੇ ਤੁਸੀਂ ਜਲਦੀ ਚ ਲੈਣਾ। ਮੂਰ ਤੇ ਪੰਜ ਪਰਮਾਣ ਪੁਰਖ ਗੁਰੇ ਅਰਜਨ ਇਹ ਸਥਾਈ ਦੀਆਂ ਲਾਈਨਾਂ ਸੀ। ਹੁਣ ਆਪਾਂ ਅੰਤਰ ਦੀਆਂ ਲਾਈਨਾਂ ਦੇਖਾਂਗੇ। ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਕਹਾਇਓ। ਦੁਬਾਰਾ ਫਿਰ ਦੇਖੋ। ਜੋਤ ਰੂਪ ਹਰਿਆਪ ਗੁਰੂ ਨਾਨਕ ਇਹ ਲਾਈਨ ਥੋੜਾ ਦੁਬਾਰਾ ਦੇਖ ਲੋ। ਕਹਾਇਓ ਕਹਾਇਓ ਜੋਤ ਰੂਪ ਹਰਿਆਪ ਗੁਰ ਨਾਨਕ ਕਹਾਇਓ। ਫਿਰ ਇਹਦੇ ਵਿੱਚ ਉਹ ਲਾਈਨ ਜੋ ਅਟੈਚ ਹੋ ਜਾਵੇਗੀ ਜੁੜ ਜਾਵੇਗੀ। ਮੂਰ ਤੇ ਪੰਜ ਪਰਮਾਣ ਪੁਰਖ ਮੂਰ ਤੇ ਪੰਜ ਪਰਮਾਣ ਪੁਰਖ ਗੁਰੇ ਅਰਜਨ ਪੇਖੁ ਗੁਰੇ ਅਰਜਨ ਪੇਖੁ। ਸੋ ਇਸੀ ਸ਼ਬਦ ਗੁਰ ਅਰਜਨ ਪੇਖੋ ਨੈਣ ਮੂਰਤ ਪੰਜ ਪ੍ਰਮਾਣ ਪੁਰਖ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਭੱਟ ਮਥੁਰਾ ਜੀ ਦਾ ਉਚਾਰਨ ਕੀਤਾ ਹੋਇਆ ਸਵਈਆ ਹੈ। ਇਹ ਆਪ ਜੀ ਨੇ ਸਿੱਖਿਆ ਹੈ ਅਤੇ ਮੈਨੂੰ ਬੜੀ ਖੁਸ਼ੀ ਹੋਵੇਗੀ ਅਗਰ ਆਪ ਜੀ ਸਿੱਖ ਕੇ ਕਮੈਂਟ ਕਰੋਗੇ ਕਿ ਅਸੀਂ ਇਹ ਸਿੱਖ ਲਿਆ ਹੈ। ਅਤੇ ਜਿਨ੍ਹਾਂ ਪਿੰਡਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਤੇ ਆਪਣੇ ਕੀਮਤੀ ਸੁਝਾਅ ਵੀ ਜ਼ਰੂਰ ਦਿਓ ਤਾਂ ਜੋ ਹੋਰ ਸੋਧ ਕਰਕੇ ਆਪ ਜੀ ਤੱਕ ਵੀਡੀਓਜ਼ ਪਹੁੰਚਦੀਆਂ ਰਹਿਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।